ਸਤਿ ਸ਼੍ਰੀ ਅਕਾਲ ਕਰੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ, ਆਦਾਬ ਸਾਰਿਆਂ ਨੂੰ। ਮੈਂ ਇਸ ਪਿਆਰੇ ਜਿਹੇ ਬੱਚੇ ਨੂੰ ਜਦੋਂ ਦੇਖਿਆ, ਤੁਸੀਂ ਵੀ ਜਿਹੜੇ ਦੇਖ ਰਹੇ ਹੋ, ਤੁਹਾਡੀ ਰੂਹ ਨੂੰ ਇੱਕ ਸਕੂਨ, ਇੱਕ ਆਨੰਦ ਮਿਲਿਆ ਹੋਊਗਾ। ਪਰ ਇਹ ਬੱਚੇ ਦੀ ਜੇ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂ ਤਾਂ ਮੇਰਾ ਖਿਆਲ ਆ ਵੀ ਭੈਣ ਜੀ, ਜਿਹਨਾਂ ਜਿੱਥੋਂ ਵੀ ਇਹ ਬੱਚਾ ਆਇਆ ਹੈ ਨਾ, ਉਹਨਾਂ ਦਾ ਤਾਂ ਆਨੰਦ ਤੇ ਉਹਨਾਂ ਦੀ ਨੀਂਦ ਮੇਰਾ ਖਿਆਲ ਆ ਖੋ ਗਈ। ਬਿਲਕੁਲ ਬਿਲਕੁਲ, ਕਿਉਂਕਿ ਦੋਨੋਂ ਹੀ ਦੇਖੋ ਤੁਸੀਂ ਕਿੰਨੇ ਪਿਆਰੇ ਬੱਚੇ ਨੇ। ਇਹਨਾਂ ਦੀ ਕਹਾਣੀ ਭੈਣ ਜੀ ਤੁਹਾਡੇ ਨਾਲ ਸਾਂਝੀ ਕਰਨਗੇ, ਪਰ ਤੁਸੀਂ ਇੱਕ ਵਾਰੀ ਦੇਖ ਕੇ ਦੇਖੋ ਵੀ ਮਤਲਬ ਜਿਹੇ ਜੇ ਤੁਸੀਂ ਰੱਬ ਦੇ ਦਰਸ਼ਨ ਕਰ ਲਏ ਉਦਾਂ ਦੇ ਇਸ ਪਿਆਰੇ ਜਿਹੇ ਬੱਚੇ ਦੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ। ਵੈਰੀ ਗੁੱਡ, ਗੁੱਡ ਬੇਬੀ, ਗੁੱਡ ਗੁੱਡ, ਬਹੁਤ ਗੁੱਡ ਹੈ। ਤੇ ਭੈਣ ਜੀ ਇਹਨਾਂ ਦੀ ਥੋੜ੍ਹਾ ਜਿਹਾ ਆਪਾਂ ਸੰਗਤਾਂ ਨਾਲ, ਹਾਂ ਵੈਸੇ ਤਾਂ ਮੈਂ ਅੰਤ 'ਚ ਕਹਿਣਾ ਸੀਗਾ ਕਿ ਵੀਡੀਓ ਸ਼ੇਅਰ ਕਰੋ, ਬਾਅਦ 'ਚ ਹੀ ਕਹੂੰਗਾ ਕਿਉਂ ਕਹਿਣਾ, ਉਹ ਵੀ ਤੁਹਾਨੂੰ ਕਾਰਨ ਪਤਾ ਲੱਗੂਗਾ। ਭੈਣ ਜੀ ਇਹਨਾਂ ਦਾ ਬੱਚਿਆਂ ਬਾਰੇ ਦੱਸੋ। ਇਹ ਬੱਚੇ ਜਦੋਂ ਵੀ ਆਪਣੇ ਕੋਲ ਆਏ ਨੇ ਟ੍ਰੈਫਿਕਿੰਗ ਦੇ ਵਿੱਚੋਂ ਆਏ, ਜਿਹਨੂੰ ਆਪਾਂ ਕਹਿੰਦੇ ਕਿ ਕਿਸੇ ਗਰੋਹ ਦੇ ਕੋਲੋਂ ਮਿਲੇ ਜੀ, ਤਿੰਨ ਬੱਚੇ ਮਿਲੇ, ਇਹ ਦੋ ਬੇਟੇ ਤੇ ਬੇਟੀ ਛੋਟੀ ਆ, ਤਿੰਨੋਂ ਇਕੱਠੇ ਹੀ ਮਿਲੇ, ਤਿੰਨੋਂ ਇਕੱਠੇ ਮਿਲੇ, ਇੱਕੋ ਥਾਂ ਤੋਂ ਮਿਲੇ। ਤੇ ਮਤਲਬ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਜਿਨ੍ਹਾਂ ਬੇਟਿਆਂ ਨੂੰ, ਜਿਹੜੀਆਂ ਦਾਤਾਂ ਨੂੰ ਦੁਨੀਆਂ ਤਰਸਦੀ ਆ, ਤੇ ਕਿਸੇ ਘਰ ਦੇ ਵਿੱਚ ਜਿਹਨੇ ਇਹਨਾਂ ਦਾ ਜਨਮ ਹੋਇਆ ਹੋ, ਕਿੰਨੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹੋਣਗੀਆਂ, ਤੇ ਇੱਕਦਮ ਉਹ ਬੱਚੇ ਘਰੋਂ ਗਾਇਬ ਹੋਏ ਹੋਣਗੇ ਕਿਸੇ ਤਰੀਕੇ, ਗਰੋਹ ਦੇ ਕੋਲ ਕਿਤੋਂ ਤਾਂ ਪਹੁੰਚੇ ਨਾ, ਕਿਤੋਂ ਪਹੁੰਚੇ। ਤੇ ਉਹ ਤਾਂ ਆਪਾਂ ਮਤਲਬ ਕਿ ਮੈਨੂੰ ਤਾਂ ਸੋਚ ਕੇ ਵੀ ਝੁੰਚਣੀ ਆਉਂਦੀ ਆ, ਕਿਉਂਕਿ ਮੈਂ ਵੀ ਆ ਕੇ 2 ਮਹੀਨੇ ਬਾਅਦ ਹੁਣ ਜਦੋਂ ਗਈ ਹੋਈ ਸੀ, ਜਦੋਂ ਇਹਨਾਂ ਨੂੰ ਆ ਕੇ ਦੇਖਿਆ, ਜਦੋਂ ਹੀ ਮਤਲਬ ਦੇਖ ਕੇ ਰੂਹ ਕੰਬ ਗਈ ਵੀ ਕਿਵੇਂ ਇਹਨਾਂ ਦੀ ਮਾਂ ਦੇਖੋ ਕਿੰਨਾ ਪਿਆਰਾ ਬੱਚਾ, ਜਿਹੜੀ ਮਾਂ ਤੋਂ ਦੂਰ ਹੋ ਗਿਆ, ਜਿਹੜੇ ਪਿਤਾ ਤੋਂ ਦੂਰ ਹੋ ਗਿਆ ਇਹ ਬੱਚਾ, ਉਹ ਕਿਵੇਂ ਪਲ ਪਲ, ਉਹਦੇ ਲਈ ਮੇਰਾ ਖਿਆਲ ਆ ਜਿਵੇਂ ਕਹਿੰਦੇ ਨਾ ਪਹਾੜਾਂ ਜਿੱਡੇ ਦਿਨ ਹੋ ਗਏ ਤੇ ਪਹਾੜਾਂ ਜਿੱਡੀਆਂ ਰਾਤਾਂ ਹੋ ਗਈਆਂ, ਮੇਰਾ ਖਿਆਲ ਆ ਉਹ ਹੋ ਗਿਆ ਹੋਊ। ਜਿਵੇਂ ਭੈਣ ਜੀ ਨੇ ਦੱਸਿਆ ਕੋਈ ਗਰੋਹ, ਭੈਣ ਜੀ ਮੇਰਾ ਖਿਆਲ ਆ ਬੱਚੇ ਜਿਹੜੇ ਵੇਚਦੇ ਨੇ ਗਰੋਹ, ਉਦਾਂ ਦਾ ਕੋਈ ਗਰੋਹ ਹੋਊਗਾ। ਬਿਲਕੁਲ ਬਿਲਕੁਲ, ਉਹਨਾਂ ਲਈ ਤਾਂ ਇੱਕ ਸੌਖਾ ਜ਼ਰੀਆ ਪੈਸਾ ਕਮਾਉਣ ਦਾ ਉਹਨਾਂ ਲਈ। ਹਾਂ ਬਿਲਕੁਲ, ਉਹਨਾਂ ਨੇ ਤਾਂ ਆਪਣੇ ਚੰਦ ਪੈਸਿਆਂ ਲਈ ਇਹਨਾਂ ਰੂਹਾਂ ਨੂੰ ਆਪਣੇ ਮਾਂ ਬਾਪ ਤੋਂ ਵਿਛੋੜਤਾ, ਪਰ ਜੋ ਅੱਜ ਉਹਨਾਂ ਤੇ ਬੀਤ ਰਹੀ ਆ, ਜਾਂ ਇਸ ਬੱਚੇ ਦੀ ਜਿਹੜੀ ਜ਼ਿੰਦਗੀ ਆਪਾਂ ਸਮਝ ਸਕਦੇ ਹਾਂ ਕਿ ਕਿਵੇਂ ਅੱਗੇ ਜਾ ਕੇ ਬਸ਼ਰ ਹੋਣੀ ਆ, ਉਹ ਸਾਰੀਆਂ ਗੱਲਾਂ ਆਪਾਂ ਸੰਗਤਾਂ ਸਮਝੇ ਸਕਦੀਆਂ ਨੇ। ਹੁਣ ਜਿਹੜਾ ਮੈਂ ਗੱਲ ਤੁਹਾਨੂੰ ਕਹਿੰਦਾ ਸੀ ਕਿ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਸਾਂਝਾ ਕਰਨਾ, ਸ਼ੇਅਰ ਕਰਨਾ, ਕਿਉਂ? ਕਿਉਂਕਿ ਜੇ ਆ ਪਿਆਰਾ ਜਿਹਾ ਬੱਚਾ, ਮੈਂ ਤਾਂ ਆਪਣੇ ਤੇ ਲਾ ਕੇ ਸੋਚਦਾ ਹੁੰਦਾ, ਤੁਸੀਂ ਵੀ ਜ਼ਰਾ ਸੋਚਿਓ ਵੀ ਜੇ ਕਿਤੇ ਰੱਬ ਨਾ ਕਰੇ ਇੰਨਾ ਪਿਆਰਾ ਬੱਚਾ ਸਾਡੇ ਤੋਂ ਦੂਰ ਹੋ ਜੇ ਤਾਂ ਕਿਹੋ ਜਿਹਾ ਬੀਤੂਗਾ ਸਾਡੇ 'ਤੇ। ਸੋ ਆਪਾਂ ਤਹੱਈਆ ਕਰੀਏ ਇਸ ਵੀਡੀਓ ਨੂੰ, ਤੁਸੀਂ ਸ਼ੇਅਰ ਕਰਨਾ ਆਪਣਾ ਫਰਜ਼ ਸਮਝਦੇ ਹੋਏ, ਤਾਂ ਕਿ ਬੱਚੇ ਨੇ ਜੀ ਇੱਕ ਚੀਜ਼ ਆ ਕੇ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਹੋ ਗਈ ਕਿ ਉੱਥੋਂ ਤੋਂ ਨਿਕਲ ਕੇ ਆ ਕੇ ਜੀ ਮਤਲਬ ਆਪਣੇ ਕੋਲੇ ਸੇਫ ਹੱਥਾਂ ਦੇ ਵਿੱਚ ਨੇ ਇਸ ਵੇਲੇ, ਇਹਨਾਂ ਦਾ ਲਾਸ ਕੋਈ ਨਹੀਂ ਹੋਣਾ। ਪਰ ਜੇ ਇਹ ਆਪਣੇ ਬਾਇਓਲੋਜੀਕਲ ਪੇਰੈਂਟਸ ਦੇ ਕੋਲ ਕਿਸੇ ਤਰੀਕੇ ਪਹੁੰਚ ਜਾਣ, ਤਾਂ ਉਹਦੇ ਜਿੱਡਾ ਪੁੰਨ ਮੈਨੂੰ ਲੱਗਦਾ ਦੁਨੀਆਂ ਤੇ ਕੋਈ ਹੋਰ ਨਹੀਂ ਜੀ। ਸੋ ਤੇ ਦੂਜੀ ਚੀਜ਼ ਭੈਣ ਜੀ, ਜੇ ਉਹ ਮਤਲਬ ਨਾ ਪਤਾ ਲੱਗਦਾ ਕਿਤੇ ਇਹਨਾਂ ਬੱਚਿਆਂ ਨੂੰ ਵੇਚ ਦਿੰਦੇ ਜਾਂ ਕੁਛ ਏਦਾਂ ਦੀ ਘਟਨਾ ਨੂੰ ਅੰਜਾਮ ਦਿੰਦੇ, ਫਿਰ ਤਾਂ ਮੇਰੇ ਖਿਆਲ ਤਾਂ ਉਮਰ ਉਹਨਾਂ ਮਾਂ ਬਾਪ ਨੇ ਤੜਫਦੀ ਰਹਿਣਾ ਸੀ। ਪਰ ਆਪਾਂ ਸਾਰੇ ਇੱਕ ਹੀਲਾ ਕਰੀਏ, ਇੱਕ ਵਸੀਲਾ ਕਰੀਏ, ਤਾਂ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ, ਇਹ ਬੱਚੇ ਨੇ ਆਪਣੇ ਮਾਤਾ ਪਿਤਾ ਕੋਲ ਜਾ ਸਕਣ ਜੀ। ਸਤਿ ਸ਼੍ਰੀ ਅਕਾਲ ਕਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹੋ ਕਿ ਵੀਡੀਓ ਸ਼ੇਅਰ ਕਰਨੀ ਆ ਇਹਨਾਂ ਬੱਚਿਆਂ ਲਈ। ਮੇਰੀ ਸਾਰੇ ਭੈਣਾਂ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਇਸ ਵੀਡੀਓ ਨੂੰ ਜਿੰਨੀ ਵੱਧ ਤੋਂ ਵੱਧ ਆਪਾਂ ਸ਼ੇਅਰ ਕਰ ਸਕਦੇ ਹੋਈਏ ਕਰੀਏ, ਤਾਂ ਕਿ ਇਹ ਪਿਆਰੇ ਜਿਹੇ ਬੱਚੇ ਆਪਣੇ ਬਾਇਓਲੋਜੀਕਲ ਪੇਰੈਂਟਸ ਦੇ ਹੱਥਾਂ 'ਚ ਪਹੁੰਚ ਸਕਣ। ਮਤਲਬ ਵੀਡੀਓ ਤੋਂ ਪਹਿਲਾਂ ਵੀ ਸ਼ੇਅਰ ਕਰਦੇ ਹਾਂ, ਆਪਾਂ ਟਰਾਈ ਕਰੀਏ ਕਿ ਇਸ ਵੀਡੀਓ ਨੂੰ ਇਸ ਮਨਸ਼ਾ ਦੇ ਨਾਲ ਕਰੀਏ ਸ਼ੇਅਰ, ਤਾਂ ਕਿ ਵੱਧ ਤੋਂ ਵੱਧ, ਉਮੀਦ ਆ ਮੈਨੂੰ ਕਿ ਜੇ ਆਪਾਂ ਤਹੱਈਆ ਕਰ ਲਿਆ ਤਾਂ ਇਹ ਆਪਣੇ ਬਾਇਓਲੋਜੀਕਲ ਪੇਰੈਂਟਸ ਦੇ ਕੋਲ ਪਹੁੰਚ ਸਕਦੇ ਆ, ਤਾਂ ਕਿ ਇਹਨਾਂ ਦੀ ਮਾਂ ਜਿੱਥੇ ਵੀ ਕਿਤੇ ਤੜਫਦੀ ਆ ਉਹ ਇਹਨਾਂ ਨੂੰ ਗੋਦੀ 'ਚ ਲੈ ਕੇ ਉਹ ਨਿੱਘ ਲੈ ਸਕੇ। ਬਹੁਤ ਬਹੁਤ